ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, let's read our question. Draw appropriate Venn diagram for the following: A complement union, B complement. ठीक है, इस क्वेश्चन दे विच असीं Venn diagram draw करना है। Venn diagram, ठीक है। हुन सब तो पहले असीं अपना Venn diagram draw कर लेने हैं, ठीक है। सब तो पहले A हो गया साडे कोल, यूनिवर्सल सेट, ठीक है। ਇਹਦੇ ਵਿੱਚ ਸਾਨੂੰ ਦੋ ਸੈਟ ਗਿਵਨ ਹੈ, ਡਰਾ ਕਰ ਲੈਂਦੇ ਹਾਂ। ਸੈਟ ਏ, ਠੀਕ ਹੈ, ਤੇ ਸੈਟ ਬੀ, ਠੀਕ ਹੈ। ਇਹ ਹੋ ਗਿਆ ਸਾਡਾ ਯੂਨੀਵਰਸਲ ਸੈਟ, ਇਹ ਹੋ ਗਿਆ ਸੈਟ ਏ, ਔਰ ਇਹ ਹੋ ਗਿਆ ਸੈਟ ਬੀ, ਠੀਕ ਹੈ। ਹੁਣ ਇਹਦੇ ਵਿੱਚ ਦੇਖਦੇ ਹਾਂ ਕੀ ਇਕੁਏਸ਼ਨ ਦਿੱਤੀ ਹੈ ਸਾਨੂੰ। ਦਿੱਤਾ ਏ ਕੰਪਲੀਮੈਂਟ ਯੂਨੀਅਨ, ਬੀ ਕੰਪਲੀਮੈਂਟ। ਹੁਣ ਕੰਪਲੀਮੈਂਟ ਕੀ ਹੁੰਦਾ ਹੈ? कॉम्प्लीमेंट नो, अगर असि देखिए कॉम्प्लीमेंट, ए कॉम्प्लीमेंट इज इक्वल टू यूनिवर्सल। ए हो गया यू, डिनोट करता है यूनिवर्सल सेट नो, माइनस ए, मतलब अगर यूनिवर्सल सेट विचो असि ए सेट ए नो रिमूव कर देने हैं तो जेड़ा बाकी दा एरिया बचता है वह बन जाता साडा ए कॉम्प्लीमेंट। एदा ही बी कॉम्प्लीमेंट होएगा, बी कॉम्प्लीमेंट इज इक्वल टू यूनिवर्सल सेट माइनस बी, ठीक है। हुण असि इनू इस डायग्राम दे विच ड्रॉ करदे हां। ਜਿਹੜਾ ਏ ਕੰਪਲੀਮੈਂਟ ਹੈ ਉਹਨੂੰ ਮੈਂ ਵਰਟੀਕਲ ਲਾਈਨ ਚ ਕਰਾਂਗੀ, ਵਰਟੀਕਲ ਲਾਈਨ ਵਿੱਚ ਡਰਾ ਕਰਾਂਗੀ, ਠੀਕ ਹੈ। ਸਟਾਰਟ ਕਰਦੇ ਹਾਂ, ਠੀਕ ਹੈ। ਹੁਣ ਅਸੀਂ ਇਹਦੇ ਵਿੱਚ ਵਰਟੀਕਲ ਲਾਈਨ ਸ਼ੋ ਕਰਤੀ ਹੈ, ਠੀਕ ਹੈ। ਹੁਣ ਏ ਕੰਪਲੀਮੈਂਟ ਕੀ ਬਣ ਗਿਆ? ਸੈਟ ਏ ਛੋੜ ਕੇ ਬਾਕੀ ਸਾਰਾ ਏਰੀਆ ਏ ਕੰਪਲੀਮੈਂਟ ਆ ਗਿਆ ਸਾਡੇ। ਬੀ ਕੰਪਲੀਮੈਂਟ ਨੂੰ ਅਸੀਂ ਹੋਰੀਜ਼ੋਂਟਲ ਲਾਈਨ ਦੇ ਨਾਲ ਸ਼ੋ ਕਰਾਂਗੇ, ਠੀਕ ਹੈ। ਇਹਨੂੰ ਡਰਾ ਕਰ ਲੈਂਦੇ ਹਾਂ, ਠੀਕ ਹੈ। ਹੁਣ ਅਸੀਂ ਬੀ ਕੰਪਲੀਮੈਂਟ ਲਈ ਹੋਰੀਜ਼ੋਂਟਲ ਲਾਈਨ ਡਰਾ ਕਰ ਲਈਆਂ ਹੈ। ਹੁਣ ਇਹਦੇ ਵਿੱਚ ਦੇਖੋ ਬੀ ਕੰਪਲੀਮੈਂਟ ਅਸੀਂ ਕਿਸ ਦਾ ਸ਼ੋ ਕੀਤਾ ਹੈ? ਬੀ ਸੈਟ ਛੋੜ ਕੇ ਬਾਕੀ ਸਾਰਾ ਦਾ ਏਰੀਆ, ਬੀ ਸੈਟ ਛੋੜ ਕੇ ਬਾਕੀ ਸਾਰਾ ਏਰੀਆ ਸਾਡਾ ਬਣ ਗਿਆ ਬੀ ਕੰਪਲੀਮੈਂਟ, ਠੀਕ ਹੈ। ਹੁਣ ਅਸੀਂ ਇਹਦੇ ਵਿੱਚ ਸ਼ੋ ਕੀ ਕਰਨਾ ਸੀਗਾ? ਅਸੀਂ ਕਰਨਾ ਸੀਗਾ ਏ ਕੰਪਲੀਮੈਂਟ ਯੂਨੀਅਨ ਬੀ ਕੰਪਲੀਮੈਂਟ, ਠੀਕ ਹੈ। ਹੁਣ ਇਹ ਕੀ ਬਣ ਗਿਆ ਏਰੀਆ ਸਾਡਾ? ਕਿਹੜਾ ਏਰੀਆ ਬਚਿਆ? ਹੁਣ ਇਹਦੇ ਵਿੱਚ ਡਾਇਗ੍ਰਾਮ ਵਿੱਚ ਅਗਰ ਅਸੀਂ ਧਿਆਨ ਨਾਲ ਦੇਖੀਏ, ਸਿਰਫ ਇੱਕ ਏ ਵਾਲਾ ਏਰੀਆ ਹੈ ਜਿਹੜਾ ਦੋਨਾਂ ਦੇ ਵਿੱਚ ਨਹੀਂ ਆਇਆ। ਯੂਨੀਅਨ ਕੀ ਹੁੰਦਾ ਹੈ? ਹੁਣ ਤੁਹਾਨੂੰ ਪਤਾ ਇਹਦੇ ਵਿੱਚ ਅਸੀਂ ਯੂਨੀਅਨ ਫਾਈਂਡ ਆਊਟ ਕਰਨਾ ਹੈ, ਠੀਕ ਹੈ। ਯੂਨੀਅਨ ਵਿੱਚ ਕੀ ਹੁੰਦਾ ਹੈ? ਦੋਨਾਂ ਸੈਟ ਵਿੱਚ ਜਿਹੜੀ ਵੀ ਵੈਲਿਊਜ਼ ਹੁੰਦੀਆਂ ਅਸੀਂ ਉਹ ਸਾਡੇ ਕੋਲ ਯੂਨੀਅਨ ਆ ਜਾਂਦਾ, ਠੀਕ ਹੈ। ਹੁਣ ਇਹਦੇ ਵਿੱਚ ਦੇਖੋ ਕਿਹੜਾ ਏਰੀਆ ਆਏਗਾ? ਏ ਕੰਪਲੀਮੈਂਟ ਯੂਨੀਅਨ ਬੀ ਕੰਪਲੀਮੈਂਟ ਕੀ ਬਣ ਜਾਏਗਾ? ਬਾਕੀ ਦਾ ਏਰੀਆ ਜਿਹੜਾ ਆਲਰੇਡੀ ਅਸੀਂ ਲਾਈਨਸ ਡਰਾ ਕੀਤੀ ਹੋਈ ਹੈ ਇਹਨੂੰ ਅਸੀਂ ਯੈਲੋ ਹਾਈਲਾਈਟ ਕਰ ਲੈਂਦੇ ਹਾਂ, ਠੀਕ ਹੈ। ਹੁਣ ਇਹ ਏਰੀਆ ਸਾਡਾ ਸਾਰਾ ਯੈਲੋ ਹਾਈਲਾਈਟ ਹੋ ਗਿਆ ਹੈ, ਯੈਲੋ ਹਾਈਲਾਈਟਡ ਏਰੀਆ, ਠੀਕ ਹੈ। ਇਹ ਸਾਡੇ ਕੋਲ ਆ ਗਿਆ ਸਾਡਾ ਆਨਸਰ। ਥੈਂਕ ਯੂ ਸੋ ਮਚ।